ਨੇ ਕਿ ਬੇਟੀ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ ਤੇ ਜ਼ਬਰਦਸਤੀ ਆਪਣੀ ਬੇਟੀ ਕਿਤੇ ਅਗਵਾ ਹੋਈ ਹੋਈ ਹੈ ਤੇ ਇੱਕ ਪਿਓ ਤੇ ਅਸਮਾਨ ਤੇ ਸਿਰ ਚੁੱਕ ਲੈਂਦਾ ਕਿ ਉਹ ਆਪਣੀ ਬੱਚੀ ਨੂੰ ਮੈਂ ਵਾਪਸ ਲੈ ਕੇ ਆਵਾਂ ਕਿਉਂਕਿ ਮੇਰੇ ਬਰਾਦਰੀ ਅੱਗੇ ਵੀ ਮੇਰੇ ਤੇ ਥੋੜੀ ਜਿਹੀ ਸਿਰ ਚੜਦੀ ਹੈ ਨਾ ਤੇ ਮੈਂ ਇਸ ਤੋਂ ਫਿਰ ਕਿਸੇ ਦੇ ਨਾਂ ਨਹੀਂ ਲਿਆ ਹੈਗਾ ਕਿ ਮੇਰਾ ਤੇ ਇਹਨਾਂ ਨੇ ਹੁਣ ਛਿੱਬੀਆਂ ਨਾਲ ਮੂੰਹ ਭੰਨ ਦੇਣਾ ਵੇ ਤੇ ਇਹਨਾਂ ਨੇ ਕਹਿਣਾ ਤੂੰ ਵੱਡਾ ਮਾਲਕ ਬਣਿਆ ਫਿਰਨਾ ਤੇ ਤੇਰੀ ਕਿਰਾਏਦਾਰ ਧੀ ਕੱਢ ਕੇ ਲੈ ਗਏ ਨੇ ਤੇ ਮੈਂ ਨਾ ਉਧਰ ਜੋਗਾ ਨਾ ਮੈਂ ਉਧਰ ਜੋਗਾ ਨਹੀਂ ਜਦੋਂ ਉਹਦੀ ਇਨਵੋਲਵਮੈਂਟ ਨਹੀਂ ਹੈ ਬੱਚੀ ਦੀ ਤੇ ਫੇਰ ਕਿਹੜਾ ਮਸਲਾ ਤੇ ਉਹ ਹੀ ਲੈ ਗਿਆ ਨਾ ਫਿਰ ਤੇ ਫੇਰ ਕਿਹੜੀ ਨੱਕ ਕੱਟਦੀ ਹੈ ਅਗਰ ਕੋਈ ਜ਼ਬਰਦਸਤੀ ਅਗਵਾ ਕਿਸੇ ਨੂੰ ਕਰਕੇ ਲੈ ਗਿਆ ਉਹਦੇ ਚ ਬੱਚੀ ਦਾ ਕੀ ਕਸੂਰ ਹੈ ਜਾਂ ਨੱਕ ਕੱਟਣ ਦਾ ਕੀ ਕਸੂਰ ਹੈ ਲੋਕਾਂ ਨੇ ਤੇ ਹੀ ਕਹਿਣਾ ਨਾ ਕਿ ਵੀ ਕੱਢ ਕੇ ਕਿਰਾਏਦਾਰ ਲੈ ਗਏ ਘਰ ਚ ਹੀ ਬਹਿ ਕੇ ਤੇ ਕਿਰਾਏਦਾਰ ਕੱਢ ਕੇ ਲੈ ਅੱਛਾ ਉਹ ਕੀ ਪਤਾ ਲੱਗਾ ਉਸ ਫੋਨ ਤੋਂ ਬਾਅਦ ਕੀ ਆਈਡੀਆ ਹੋਇਆ ਕੌਣ ਲੈ ਗਿਆ ਉਹ ਬੱਚਾ ਤੇ ਨਹੀਂ ਜਿਹੜਾ ਇਸ਼ਾਰੇ ਕਰਦਾ ਸੀ ਰਿਆਨਾ ਦਾ ਪੁੱਤਰ ਤੇ ਨਹੀਂ ਗਾ ਕੌਣ ਲੈ ਗਿਆ ਰਿਆਨਾ ਨੇ ਆਪਣੇ ਭਰਾ ਨਾਲ ਸ਼ਾਦੀ ਕੀਤੀ ਉਹ ਤੁਹਾਡੀ ਉਮਰ ਤੋਂ ਵੀ ਜ਼ਿਆਦਾ ਹੈ ਕਾਫੀ ਵਧੇਰਾ ਬੰਦਾ ਵੇ ਅੱਧ ਖੜ ਜਿਹੜਾ ਨਾ ਮਤਲਬ ਕਿ ਅੱਧ ਤੋਂ ਥੋੜਾ ਜਿਹਾ ਨੀਚੇ ਹੀ ਲਾ ਲਵੋ ਸਹੀ ਤਕਰੀਬਨ 40 ਸਾਲ ਉਮਰ ਉਹਦੀ ਹੋ ਗਈ ਅੱਛਾ ਸ਼ਾਦੀ ਕਰਤੀ ਫਿਰ ਉਹਦੇ ਨਾਲ ਇਹਨਾਂ ਨੇ ਨਿਕਾਹ ਕਰਕੇ ਜਦੋਂ ਉੱਥੇ ਜਾ ਕੇ ਇਹਨਾਂ ਨਿਕਾਹ ਕੀਤਾ ਫਿਰ ਇੱਕ ਦਿਨ ਇਹਨਾਂ ਦਾ ਮਾਮਾ ਆਇਆ ਵੇ ਕਹਿੰਦੇ ਪਤਾ ਲੱਗਾ ਕਿ ਰਿਆਨਾ ਨੇ ਫੋਨ ਕਹਿਨੂੰ ਆ ਰਹੇ ਫੋਨ ਰਿਆਨਾ ਨੂੰ ਤੇ ਰਿਆਨਾ ਦੇ ਫੋਨ ਚ ਵੜ ਕੇ ਸੁਣ ਰਹੇ ਹੋ ਫੋਨ ਕਿ ਇਸ ਤਰ੍ਹਾਂ ਸਾਡੀ ਦੁਆਰ ਪਲਸਤਰ ਹੋਣ ਵਾਲੀ ਹੈ ਤੇ ਦੁਆਰ ਆਵਾਜ਼ ਅੰਦਰ ਬਾਹਰ ਜਾਂਦੀ ਹੈ ਅੱਛਾ ਲਾਊਡ ਸਪੀਕਰ ਖੋਲ ਕੇ ਕਰਦੀ ਸੀ ਫੋਨ ਨਹੀਂ ਹਾਂ ਫੋਨ ਤੇ ਜਿਵੇਂ ਗੱਲ ਕਰ ਰਹੇ ਆ ਤੇ ਮੇਰੀ ਗੱਲ ਤੇ ਸਨਿਚ ਨਹੀਂ ਹੈ ਨਾ ਬਾਹਰ ਹਾਂ ਹਾਂ ਤੇ ਉਹ ਹੁਣ ਉਹਨੂੰ ਕਹਿਣ ਲਈ ਹੈ ਕਿ ਫਲਾਣਾ ਮਾਮਾ ਆਇਆ ਸੀ ਤੇ ਉਹ ਸ਼ਹਾਰ ਦੀ ਨੂੰ ਵੇਖਣ ਆਇਆ ਹਾਂ ਤੇ ਉਹ ਉਹਨੂੰ ਆਂਦੀ ਵੀ ਇਹ ਵੀ ਤੂੰ ਆ ਕੁੜੀ ਆ ਤੂੰ ਅਗਾ ਜਾ ਤੂੰ ਕਤਨੋਂ ਵੇਖਦੇ ਅਗਾ ਹੋ ਤੂੰ ਇਹ ਨਾ ਪੁੱਛ ਵੀ ਕਿਵੇਂ ਆਈ ਤੇ ਕਿਉਂ ਤੇ ਉਦੋਂ ਰਿਆਨਾ ਕੋ ਚਲੇ ਜਾਣਾ ਸੀ ਜਾ ਕੇ ਕਹਿਣਾ ਸੀ ਕਿ ਮੇਰੀ ਧੀ ਕਿੱਥੇ ਹੈ ਤੂੰ ਗੱਲ ਕਰ ਰਹੀ ਹੈ ਫੋਨ ਤੇ ਮੇਰੀ ਧੀ ਨਾ ਮੈਨੂੰ ਮਿਲਵਾ ਮੇਰੇ ਨਾਲ ਜਾਂ ਲੈ ਕੇ ਆ ਜਾਂ ਮੈਂ ਤੈਨੂੰ ਫੜਵਾ ਦੇਣਾ ਫਿਰ ਮੇਰੇ ਨਾਲ ਇਹਨਾਂ ਬਦ ਕਲਾਮੀਆਂ ਕਰਨ ਲੱਗ ਪਏ ਨੇ ਮੇਰੇ ਨਾਲ ਅੱਗੋਂ ਅੱਖਾਂ ਕੱਢਣ ਲੱਗ ਪਏ ਨੇ ਮੈਂ ਕੋ ਦੋ ਵਾਰੀ ਆਖਿਆ ਮੈਂ ਆਖਿਆ ਵੀ ਇਸ ਹਿਸਾਬ ਨਾਲ ਮੇਰੇ ਕੋਲ ਸ਼ੈ ਕੋ ਨਹੀਂ ਮੈਂ ਗਰੀਬ ਬੰਦਾ ਹਾਂ ਮੇਰੇ ਕੋਲ ਕਿੱਥੋਂ ਐਡੀ ਦੂਰ ਅਪੜਿਆ ਜਾਣਾ ਤੇ ਕਿਵੇਂ ਮੈਂ ਲਿਆ ਸਕਣਾ ਮੈਂ ਤੇ ਮੇਰਾ ਤੇ ਮੂੰਹ ਕਾਲਾ ਨਾ ਕਰਨਾ ਕਤਲ ਕਦੋਂ ਕੀਤਾ ਹੈ ਕਤਲ ਤੇ ਹੈ 5 ਤਰੀਕ ਨੂੰ ਕੀਤਾ ਕਿਹਨੂੰ ਕੀਤਾ ਕਤਲ ਉਹ ਇਹਦੇ ਰਿਆਨਾ ਦੇ ਬੰਦੇ ਨੂੰ ਕਿਉਂ ਕੀਤਾ ਉਹਦੇ ਰਿਆਨਾ ਦੇ ਬੰਦੇ ਨੂੰ ਕਤਲ ਕਿਉਂ ਕੀਤਾ ਕਿ ਇਹ ਦੋਵੇਂ ਲੈ ਕੇ ਗਏ ਨੇ ਮੇਰੀ ਧੀ ਨੂੰ ਹਾਂ ਤੇ ਜਿਹੜਾ ਲੈ ਕੇ ਗਿਆ ਉਹਨੂੰ ਉਹਨੂੰ ਕੁਝ ਨਹੀਂ ਕਿਹਾ ਉਹ ਤਾਂ ਫਿਰ ਹੁਣ ਦੂਰ ਸੀ ਨਾ ਉਹਦੇ ਤੇ ਮੈਂ ਤਕਰਮ ਆਪੜ ਹੀ ਨਹੀਂ ਨਾ ਸਕਦਾ ਕਿੰਜ ਕਤਲ ਕੀਤਾ ਉਹਨੂੰ ਉਹ ਬਕੂਆ ਸੁਣਾਣਾ ਫਿਰ ਮੈਂ ਗਿਆ ਘਰ ਉਹਨਾਂ ਦੇ ਉਦੋਂ ਮੇਰਾ ਆਖਰੀ ਟਾਈਮ ਕੀ ਗੱਲ ਹੋਈ ਸਭ ਤੋਂ ਪਹਿਲਾਂ ਮੇਰਾ ਉਦੋਂ ਇਹ ਮਾਈਂਡ ਇਹ ਸੀ ਕਿ ਮੈਂ ਆਪਣੇ ਆਪ ਨੂੰ ਮਾਰ ਲਾਂ ਲੇਕਿਨ ਫਿਰ ਮੈਂ ਸੋਚਿਆ ਕਿ ਮਜ਼ਹਬ ਦੇ ਵਿੱਚ ਹਰਾਮ ਹੈ ਤੇ ਦੋਜ਼ਖ ਨਹੀਂ ਜਾਣਾ ਲੇਕਿਨ ਇਹਨਾਂ ਨੂੰ ਨਸੀਹਤ ਦੇ ਦੇ ਕਿ ਅਗਾ ਕਿਸੇ ਦੀ ਧੀ ਭੈਣ ਨਾ ਯਾੜਨ ਫਿਰ ਮੈਂ ਗਿਆ ਮੈਂ ਜਾ ਕੇ ਤੇ ਇਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਹਾਂ ਵੀ ਅੱਜ ਸਾਦੀ ਵਾਲੀ ਗੱਲ ਕਰੋ ਸਾਦੀਆ ਕਿੱਥੇ ਆ ਅੱਛਾ ਪਹਿਲੇ ਵੀ ਪੁੱਛ ਚੁੱਕਾ ਸੀ ਉਹਨਾਂ ਨੂੰ ਨਹੀਂ ਮੈਂ ਪਹਿਲੇ ਕੋਈ ਪਹਿਲੀ ਵਾਰੀ ਗਿਆ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਜਾ ਕੇ ਕਿਉਂਕਿ ਮੈਂ ਪੂਰੇ ਸਬੂਤ ਲੱਭਦਾ ਰਿਹਾ ਅੱਛਾ ਸਬੂਤ ਫੋਨਾਂ ਦੇ ਉੱਤੇ ਹੀ ਲੱਭੇ ਲੱਭ ਗਿਆ ਸਾਰਾ ਪਲਸਤਰ ਦੀਵਾਰ ਦੇ ਵਿੱਚ ਸਾਰਾ ਪੁੱਛ ਦੇ ਆ ਫਿਰ ਸਾਰਾ ਪਤਾ ਕੀਤਾ ਵੇ ਤੇ ਫਿਰ ਇਹਨੇ ਮੈਨੂੰ ਜਦੋਂ ਗਿਆ ਮੈਂ ਜਾ ਕੇ ਤੇ ਪੁੱਛਿਆ ਕਿਹਦੇ ਨਾਲ ਗੱਲ ਕੀਤੀ ਰਿਆਨਾ ਤੇ ਇਹਦਾ ਮੀਆਂ ਦੋਵੇਂ ਸੰਕਾਰ ਕੀ ਨਾਮ ਹੈ ਮੀਆਂ ਦਾ ਉਹਦਾ ਉਹਦੇ ਨਾਂ ਗਾਵੇ ਮੀਰਮਜ਼ਾ ਮੀਰਮਜ਼ਾ ਹਾਂਜੀ ਅੱਛਾ ਤੇ ਇਹਨਾਂ ਨੂੰ ਮੈਂ ਜਦੋਂ ਪੁੱਛਿਆ ਧੀ ਦਾ ਤੇ ਇਹ ਮੀਆਂ ਜੀ ਮੇਰੇ ਕੋਲ ਗੱਲ ਪੈ ਗਏ ਨੇ ਉਹਨੇ ਆਖਿਆ ਸਾਨੂੰ ਵੀ ਪਤਾ ਹੋਵੇ ਅਸੀਂ ਤੇਰੀ ਧੀ ਲਈ ਫਿਰਨੇ ਆ ਮੈਂ ਕਿਹਾ ਮੇਰੀ ਸੁਣ ਗੱਲ ਮੈਨੂੰ ਇਹ ਨਾ ਕਹਿ ਮੈਂ ਤੇਰੇ ਉਦੋਂ ਦੇ 2 ਮਹੀਨੇ ਹੋ ਗਏ ਨੇ ਮੈਂ ਤੇਰੇ ਸਾਰਾ ਇੱਕ ਇੱਕ ਸਬੂਤ ਲੱਭ ਕੇ ਮੈਂ ਤੇਰੇ ਤੱਕ ਆਇਆ ਐਵੇਂ ਨਹੀਂ ਆਇਆ ਕਿ ਜੇ ਤੂੰ ਕਵੇ ਨਾ ਕਿ ਮੈਂ ਮੇਰਾ ਸ਼ੱਕ ਚ ਸ਼ੱਕ ਸ਼ੁਕ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਮੈਨੂੰ ਦੱਸ ਤੂੰ ਆਪਣੇ ਭਰਾ ਨਾਲ ਨਿਕਾਹ ਕਰਕੇ ਤੇ ਮੈਨੂੰ ਆਣੀ ਪਈ ਸਾਨੂੰ ਕੀ ਪਤਾ ਹੋਵੇ ਮਕਤੂਲ ਉਹ ਆਂਦਾ ਵੇ ਕਿ ਤੂੰ ਜਾ ਕੇ ਆਪਣਾ ਕੰਮ ਕਰ ਅੱਛਾ ਕਿ ਤੂੰ ਸਾਨੂੰ ਕੀ ਪਤਾ ਹੋਵੇ ਜਾ ਕੇ ਆਪਣੀ ਧੀ ਲੱਭ ਕਿੱਥੇ ਹੈਗੀ ਉਹ ਤੂੰ ਸਾਨੂੰ ਐਵੇਂ ਮੈਂ ਕਿਹਾ ਯਾਰ ਮੈਂ ਤੈਨੂੰ ਕਹਿਣ ਲਿਆ ਨਾ ਕਿ ਮੈਂ ਸਾਰੇ ਸਬੂਤ ਲੱਭ ਕੇ ਆਇਆ ਵਾਂ ਤੇ ਇਸ ਟਾਈਮ ਤੁਸੀਂ ਪਾਕ ਪਤਨ ਆਪਣੇ ਸਾਲੇ ਨਾਲ ਨਿਕਾਹ ਕਰਕੇ ਬਿਠਾਇਆ ਹੋਵੇ ਉਹਨੇ ਮੈਨੂੰ ਅੱਗੋਂ ਇੱਕ ਦੋ ਗਾਲਾਂ ਕੱਢਦਾ ਇੱਕ ਗਾਲ ਕੱਢੀ ਇੱਕ ਗਾਲ ਕੱਢਣ ਦੇ ਵਿੱਚ ਫਿਰ ਮੈਂ ਉਹਨੂੰ ਸ਼ੂਟ ਕਰ ਦਿੱਤੀ ਉਹ ਤੇ ਤੂੰ ਪਲੈਨਿੰਗ ਕਰਕੇ ਸ਼ੂਟ ਕੀਤੀ ਹੈ ਨਾ ਅਚਾਨਕ ਥੋੜੀ ਸ਼ੂਟ ਕਰਤੀ ਹੈ ਪਸਤੌਲ ਕਿਤੋਂ ਆਇਆ ਤੇਰੇ ਕੋ ਮਿਸਤਰੀ ਕੋ ਪਸਤੌਲ ਦਾ ਕੀ ਕੰਮ ਮੈਂ ਆਪ ਮਰਨ ਲੱਗਾ ਸੀ ਪਹਿਲੇ ਮੈਂ ਆਪ ਖੁਦਕੁਸ਼ੀ ਕਰਨ ਲੱਗਾ ਖੁਦਕੁਸ਼ੀ ਕਰਨ ਲੱਗਾ ਕਿੰਨੇ ਰੋਕਿਆ ਖੁਦਕੁਸ਼ੀ ਤੋਂ ਮੇਰੇ ਆਪਣੇ ਦਿਮਾਗ ਨੇ ਕਿ ਖੁਦਕੁਸ਼ੀ ਮਜ਼ਬ ਚ ਹਰਾਮ ਹੈ ਦੋਜ਼ਖ ਨੂੰ ਨਹੀਂ ਜਾਣਾ ਲੇਕਿਨ ਇਹਨਾਂ ਨੂੰ ਨਸੀਹਤ ਦੇ ਦੇ ਕਿ ਕਿਸੇ ਦੀ ਅਗਾਂ ਧੀ ਭੈਣ ਨਾ ਯਾੜਨ ਇਸ ਤੇ ਮਜ਼ਬ ਦੇ ਵਿੱਚ ਕਤਲ ਜਾਇਜ਼ ਹੈ ਹਲਾਲ ਹੈ ਮੈਂ ਕੀ ਕਰ ਸਕਦਾ ਫਿਰ ਕੀ ਕਹਿੰਦਾ ਹੈ ਮਜ਼ਬ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਫਿਰ ਹੁਣ ਮੇਰੀ ਧੀ ਵੀ ਤੇਨੇ ਮਾਰ ਦਿੱਤੀ ਨਾ ਮੈਨੂੰ ਸਾਰੀ ਜ਼ਿੰਦਗੀ ਧੀ ਵੀ ਤੇਨੇ ਨਾ ਮਿਲ ਸਕੀ ਉਹ ਤੇ ਲੱਭਣੀ ਸੀ ਨਾ ਉਹਦੇ ਤਰੀਕੇ ਘਰ ਨੇ ਪੁਲਿਸ ਦੀ ਮਦਦ ਲੈਣੀ ਸੀ ਆਪ ਭੱਜਣਾ ਸੀ ਉਹਨਾਂ ਨੂੰ ਡਕਵਾ ਲੈਣਾ ਸੀ ਪਰਚਾ ਕਰਾ ਦੇਣਾ ਸੀ ਉਹਨਾਂ ਦੇ ਉੱਤੇ ਸਰ ਮੈਂ ਉਹੀ ਅਰਜ਼ ਕਰ ਰਿਹਾ ਹਾਂ ਕਿ ਮੇਰੇ ਗਰੀਬ ਬੰਦਾ ਵਾਂ ਮੈਂ ਨਹੀਂ ਸਹਿਤੋ ਤੱਕ ਪਲੈਨਿੰਗ ਅੱਛਾ ਜਦੋਂ ਆਪਣੇ ਆਪ ਨੂੰ ਮਾਰਨ ਲੱਗਾ ਉਦੋਂ ਸੋਚਿਆ ਕਿ ਨਹੀਂ ਆਪਣੇ ਆਪ ਨੂੰ ਨਹੀਂ ਮਾਰਨਾ ਪਿਸਤੌਲ ਕਿਹਦੇ ਕੋਲ ਲਿੱਤੀ ਪਿਸਤੌਲ ਤੇ ਮੈਂ ਕਿਹਾ ਦੋਸਤ ਹੈਗਾ ਸੀ ਕਦੋਂ ਲਈ ਹੈ ਉਹ 2 ਮਹੀਨੇ ਪਹਿਲੇ
ਅੱਛਾ ਕਿਹਦੇ ਹੱਲ ਫਾਇਰ ਕੀਤਾ ਫਾਇਰ ਪਹਿਲਾਂ ਆਂਦੇ ਤੇ ਮੀਰਮ ਜ਼ਾਦ ਕੀਤਾ ਫਿਰ ਫਿਰ ਉਹ ਇੱਕ ਰਾਡ ਗਿਆ ਡੇ ਕੇ ਗਣਾ ਤੇ ਉੱਠ ਕੇ ਤੇ ਬਾਹਰ ਨੂੰ ਟੋਪ ਪੱਜ ਵਗਾ ਕਿੰਨੇ ਗੋਲੀਆਂ ਮਾਰੀਆਂ ਮੀਰਮ ਜ਼ਾਦ ਪਹਿਲੇ ਵੱਜੀ ਅੱਛਾ ਦੂਸਰੀ ਕੱਲਾ ਸੀ ਤੂੰ ਆ ਮੈਂ ਕੱਲਾ ਹੀ ਅੱਛਾ ਫਿਰ ਦੂਸਰੀ ਗੋਲੀ ਫਿਰ ਮੈਂ ਬਾਹਰ ਮਾਰੀ ਅਮੀਰ ਹਮਜ਼ਾ ਨੂੰ ਬਾਹਰ ਜਾ ਕੇ ਮਾਰੀ ਦੂਸਰੀ ਗੋਲੀ ਮੈਂ ਬਾਹਰ ਨਿਕਲ ਕੇ ਬ੍ਰਸਟਿਡ ਪਿਸਤੌਲ ਸੀ ਕਿ ਸਿੰਗਲ ਸਿੰਗਲ ਸੀ ਪੁਰਾਣਾ ਹੀ ਪਿਸਤੌਲ ਚਲਾਉਣ ਵਾਲਾ ਨਹੀਂ ਹਾਂ ਇਹ ਹੁਣ ਹੀ ਆਣ ਕੇ ਤੇ ਫਿਰ ਇਸ ਮੌਤ ਤੋਂ ਡਰਦੇ ਫਿਰ ਮੈਂ ਕੀਤਾ ਨਹੀਂ ਨਹੀਂ ਸਿੰਗਲ ਬ੍ਰਸਟਿਡ ਦਾ ਕੀ ਪਤਾ ਆਮ ਬੰਦੇ ਨੂੰ ਜਿਹੜਾ ਮਜ਼ਦੂਰੀ ਕਰਦਾ ਹੋਵੇ ਸਿਰਫ ਨਹੀਂ ਸਿਰਫ ਉਹਦੇ 7 ਗੋਲੀਆਂ ਪੈਂਦੀਆਂ ਤੇ ਸਿੰਗਲ ਹੈਗਾ ਸੀ ਕਿਉਂਕਿ ਜਿੰਦੇ ਕੋਲ ਲਿਆ ਉਹਨੇ ਕਿਹਾ ਸਿੰਗਲ ਸੀ ਹਾਲੇ ਕੋ ਉਹਨੂੰ ਨਹੀਂ ਮੈਂ ਦੱਸਿਆ ਕਿ ਮੈਂ ਕੋਈ ਕੰਮ ਕਰਨਾ ਜਾਂ ਮੈਂ ਆਪ ਮਰਨਾ ਹਾਂ ਤੇ ਉਦੋਂ ਪਹਿਲਾਂ ਮੇਰੀ ਇਹੋ ਹੀ ਸੀ ਮੈਂ ਆਪ ਮਰਨਾ ਠੀਕ ਹੈ ਅਮੀਰ ਹਮਜ਼ਾ ਨੂੰ ਗੋਲੀਆਂ ਮਾਰੀਆਂ ਇੱਕ ਕਮਰੇ ਚੋਂ ਮਾਰੀ ਇੱਕ ਬਾਰ ਭੱਜ ਕੇ ਗਿਆ ਉੱਥੇ ਮਾਰੀ ਫਿਰ ਕਿਹਨੂੰ ਮਾਰੀ ਫਿਰ ਇਹਨਾਂ ਨੂੰ ਇੱਕ ਮਾਰੀ ਲੇਕਿਨ ਉਹ ਪਤਾ ਨਹੀਂ ਲੱਗੀ ਕਿ ਨਹੀਂ ਲੱਗੀ ਕਿੱਥੇ ਮਾਰੀ ਸੀ ਕੋਈ ਪਤਾ ਨਹੀਂ ਲੱਗਾ ਸਿੱਧੀ ਉਹਨੂੰ ਮਾਰੀ ਸੀ ਕੋਈ ਪਤਾ ਨਹੀਂ ਲੱਗਾ ਕਿੱਥੇ ਲੱਗੀ ਕਿੱਥੇ ਨਹੀਂ ਅੱਛਾ ਫਿਰ ਕੀ ਕੀਤਾ ਫਿਰ ਉਹ ਮੈਂ ਖੌਫਜ਼ਦਾ ਹੋ ਕੇ ਤੇ ਫਿਰ ਮੈਂ ਪਿਸਟਲ ਰੱਖ ਕੇ ਤੇ ਆ ਮੈਂ ਫਿਰ ਜਿਹੜਾ ਨਾ ਨਿਕਲ ਗਿਆ ਜੰਗਲ ਨੂੰ ਬੇਟਾ ਕਿੱਥੇ ਸੀ ਜਦੋਂ ਕਤਲ ਕੀਤਾ ਉਦੋਂ ਉਹਨਾਂ ਨੂੰ ਪਹਿਲੇ ਕੱਢ ਦਿੱਤਾ ਸੀ ਕਿ ਤੁਸੀਂ ਚਲੇ ਜਾਓ ਕਿਹਨੂੰ ਕਿਹਨੂੰ ਕੱਢਿਆ ਸੀ ਬੀਵੀ ਨੂੰ ਤੇ ਬੇਟੇ ਨੂੰ ਕਿੱਥੇ ਕੱਢ ਦਿੱਤਾ ਸੀ ਉਹ ਉਹਨਾਂ ਨੂੰ ਕਿਹਾ ਸੀ ਤੁਸੀਂ ਇਹ ਜਿਹੜਾ ਨਾ ਮਜ਼ੰਗ ਚਲੇ ਜਾਓ ਕਿਸੇ ਘਰ ਉੱਥੇ ਉੱਥੇ ਸਾਲੇ ਮੇਰੇ ਆਪਣਾ ਕਮਰਾ ਲੋਕ ਲੋਕ ਕਰਤਾ ਸੀ ਉੱਤੇ ਵਾਲਾ ਪੋਰਚਾ ਹਾਂਜੀ ਸਾਰੇ ਲੋਕ ਤੇ ਕਤਲ ਕਰਕੇ ਭੱਜ ਗਏ ਕੀ ਕਤਲ ਕੀਤਾ ਲੇਕਿਨ ਇਹ ਤਾਂ ਉਹਨਾਂ ਨੂੰ ਅਜ਼ੀਅਤ ਹੋ ਗਈ ਨਾ ਕਿ ਅਗਾ ਕਿਸੇ ਦੀ ਧੀ ਭੈਣ ਨਹੀਂ ਯਾਰ ਨਹੀਂ ਕਿਹੜੀ ਫਿਰ ਜਿਹੜੀ ਹੁਣ ਟੁਕਣੀ ਕਿਹੜੀ ਅਜ਼ੀਅਤ ਵਲੈਤ ਕੁੜੀ ਕੋਈ ਹੋਰ ਲੈ ਗਿਆ ਨਹੀਂ ਸਾਲਾ ਲੈ ਗਿਆ ਨਾ ਉਹਦੇ ਪਨਵਈਏ ਉਹਦੇ ਪਨਵਈਏ ਨੂੰ ਕਤਲ ਕਰਤਾ ਇਹ ਕਿਹੜਾ ਬਦਲਾ ਲਿੱਤਾ ਜਾਂ ਇਹ ਕਿਹੜੀ ਗੈਰਤ ਹੈ ਲੈ ਕੇ ਗਏ ਨੇ ਹੈ ਚੋਰ ਇਹ ਨੇ ਅੱਛਾ ਲੈ ਕੇ ਗਏ ਉਹ ਤੇ ਉੱਥੇ ਹੀ ਰਹਿ ਰਹੇ ਨੇ ਚੋਰ ਨੇ ਚੋਰਾਂ ਨੂੰ ਆਪ ਰੱਖਿਆ ਘਰ ਦੇ ਵਿੱਚ ਫਿਰ ਇਹ ਹੈ ਨਾ ਕਿ ਮੈਂ ਉਹਨਾਂ ਨੂੰ ਉਨੀ ਦੇਰ ਨਹੀਂ ਦੱਸਿਆ ਨਾ ਕਿ ਜਿੰਨੀ ਦੇਰ ਮੈਨੂੰ ਪੂਰਾ ਸਬੂਤ ਨੇ ਜਦੋਂ ਮੈਨੂੰ ਪੂਰਾ ਸਬੂਤ ਤੇ ਸਬੂਤ ਤੇ ਉਹ ਤੇ ਸਮਝ ਹੀ ਨਹੀਂ ਆ ਰਹੀ ਸਬੂਤ ਕਿ ਕੰਧਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿਹੜਾ ਸਬੂਤ ਹੋਇਆ ਸਬੂਤ ਤੇ ਉਹ ਹੁੰਦਾ ਹੈ ਕਿ ਮੇਰਾ ਕੋਈ ਰਿਸ਼ਤੇਦਾਰ ਸੀ ਮੇਰਾ ਕੋਈ ਬੰਦਾ ਗਿਆ ਉਹਨੇ ਮੇਰੀ ਬੇਟੀ ਨੂੰ ਵੇਖਿਆ ਉਹ ਇਹਦੇ ਸਾਲੇ ਦੇ ਨਾਲ ਸ਼ਾਦੀ ਹੋਈ ਸੀ ਉਹਨੂੰ ਵੇਖ ਲਿਆ ਹੁਣ ਤੇ ਪਤਾ ਹੀ ਨਹੀਂ ਹੈ ਤੈਨੂੰ ਅਜੇ ਤੱਕ ਫਿਰ ਮੈਂ ਉਹਨੂੰ ਇੱਕ ਦੋਸਤ ਨਾਲ ਗੱਲ ਕੀਤੀ ਫਿਰ ਉਹਨੇ ਮੈਨੂੰ ਕਿਹਾ ਕਿ ਨਹੀਂ ਇਹਦਾ ਪਹਿਲੋ ਜਿਹੜਾ ਨਾ ਪ੍ਰੂਫ ਲੈ ਫਿਰ ਅਸੀਂ ਇੱਥੋਂ ਗਏ ਬਾਵਲ ਉੱਥੇ ਇਹਨਾਂ ਦੇ ਪਿੰਡ ਉੱਥੇ ਪਤਾ ਲੱਗਾ ਕਿ ਕਾਲੇ ਕੇ MNA ਨੇ ਉੱਥੇ ਉਹਨਾਂ ਦੇ ਜਿਹੜਾ ਨਾ ਬਾਹਾਂ ਬੈਠੀਆਂ ਨੇ ਉਹਨਾਂ ਨੇ ਫਿਰ ਉੱਥੋਂ ਮੈਨੂੰ ਦੱਸਿਆ ਕਿ ਇਹ ਨਾ ਤੈਨੂੰ ਬਾਹਾਂ ਬੂਹਾਂ ਕੋਈ ਨਹੀਂ ਦੇਣੀਆਂ ਮਤਲਬ ਕਿ ਬੇਟੀ ਤੈਨੂੰ ਨਾ ਕੋਈ ਨਹੀਂ ਵਾਪਸ ਠੀਕ ਹੈ ਉਹ ਕਾਲੇ ਕਿਆਂ ਦੀ ਪਨਾਹ 'ਚ ਬੈਠੇ ਨੇ ਸਹੀ ਉਹਨਾਂ ਤੈਨੂੰ ਕੋਈ ਸ਼ੈ ਨਹੀਂ ਦੇਣੀ ਮੈਂ ਫਿਰ ਉੱਥੋਂ ਜਿਹੜਾ ਨਾ 3 ਦਿਨ ਫਿਰ ਫੁਰ ਕੇ ਮੈਂ ਵਾਪਸ ਆ ਗਿਆ ਅੱਛਾ ਉੱਥੇ ਨਹੀਂ ਕੋਸ਼ਿਸ਼ ਕੀਤੀ ਕਿਸੇ ਤੇ ਹਮਲਾ ਕਰਨ ਦੀ ਉੱਥੇ ਮੈਂ ਬਰਦੇਸ਼ ਸੀ ਮੈਂ ਕਿਵੇਂ ਕਰ ਸਕਦਾ ਸੀ ਕਿਉਂਕਿ ਉੱਥੇ ਨਾ ਮੈਨੂੰ ਕਿਸੇ ਨੂੰ ਸ਼ਾਇਦ ਦੇਣੀ ਸੀ ਨਾ ਕੁਛ ਜੇ ਮੈਂ ਸਾਹਮਣੇ ਹੁੰਦਾ ਤਾਂ ਅਗਲਾ ਮੈਨੂੰ ਠੋਕ ਦੇਣੀ ਸੀ ਸਹੀ ਕਿ ਵੀ ਇਹ ਪਤਾ ਨਹੀਂ ਜ਼ਾਹਰ ਮਾਰਨ ਵਾਸਤੇ ਅਗਲੇ ਨੇ ਆਖਣਾ ਨਾ ਆਇਆ ਹੈ ਭਾਵੇਂ ਮੈਂ ਉਹਨਾਂ ਕੋਲ ਜਿਵੇਂ ਵੀ ਗਿਆ ਵਾਂ ਲੇਕਿਨ ਅਗਲੇ ਆਖਣਾ ਹਰੇ ਸਾਨੂੰ ਮਾਰਨ ਨਾਲ ਸਹੀ ਅਗਲੇ ਮੈਨੂੰ ਠੋਕ ਕੇ ਤੇ ਪਰਾਂ ਰੋਡ ਛੱਡਣਾ ਸੀ ਕਿਸ ਵਜ੍ਹਾ ਤੋਂ ਕਤਲ ਕੀਤਾ ਹੈ ਵਜ੍ਹਾ ਕੀ ਹੈ ਕਿ ਮੇਰੀ ਗੈਰਤ ਲੈ ਕੇ ਚਲੇ ਗੈਰਤ ਦੇ ਨਾਂ ਤੇ ਕਤਲ ਕੀਤਾ ਹੈ ਤੇ ਬੱਚੀ ਨਹੀਂ ਲੱਭੀ ਨਾ ਮਤਲਬ ਜਿਹਦੇ ਨਾਲ ਸ਼ਾਦੀ ਹੋਈ ਉਹਨੂੰ ਵੀ ਕੁਛ ਨਹੀਂ ਕਿਹਾ ਤੇ ਗੈਰਤ ਤੇ ਕੋਈ ਹੋਰ ਹੀ ਮਾਰਤਾ ਹੈ ਉਹ ਤਾਂ ਫਿਰ ਹੈ ਹੀ ਦੂਰ ਸਨ ਨਾ ਮੇਰੇ ਤੋਂ ਤੇ ਮੇਰਾ ਹੱਥ ਉਦੋਂ ਤੱਕ ਨਹੀਂ ਸੀ ਪਹੁੰਚ ਸਕਦਾ ਨਾ ਤੇ ਹੁਣ ਤੇ ਕਤਲ ਕਰਤਾ ਹੈ ਕਤਲ ਜੁਰਮ ਹੈਗਾ ਪਤਾ ਹੈ ਨਾ ਤੇ ਫਿਰ ਹੁਣ ਸਾਰੇ ਇਹਦੇ ਵਿੱਚ ਫਿਰ ਸਾਨੂੰ ਫਿਰ ਇਹਦੇ 'ਚ ਗੈਰਤ ਤਾਂ ਹੈ ਨਾ ਫਿਰ ਜੇ ਪਿਓ ਨੂੰ ਕਿ ਫਿਰ ਫੈਰ ਹੀ ਵੱਜਣਾ ਚਾਹੀਦਾ ਨਹੀਂ ਕਿਉਂਕਿ ਕਤਲ ਜੁਰਮ ਚਲੀ ਜਾਵੇ ਇੱਕ ਉਹਦੀ ਧੀ ਚਲੀ ਜਾਵੇ ਲੈ ਕੇ ਜਿਹੜਾ ਮਰਜ਼ੀ ਚਲਾ ਜਾਵੇ ਜਿਹੜਾ ਮਰਜ਼ੀ ਲੈ ਕੇ ਚਲਾ ਜਾਵੇ ਪਿਓ ਦੀ ਇੰਨੀ ਹਿੰਮਤ ਨਾ ਹੋਵੇ ਕਿ ਉਹਨੂੰ ਜਾ ਕੇ ਕਵੇ ਕਿ ਯਾਰ ਤੂੰ ਮੇਰੀ ਗੱਲ ਨਹੀਂ ਨਹੀਂ ਪਿਓ ਪਿਓ ਦੀ ਹਿੰਮਤ ਹੋਣੀ ਚਾਹੀਦੀ ਪਿਓ ਨੂੰ ਕੁੜੀ ਲੱਭਣੀ ਚਾਹੀਦੀ ਹੈ ਪਿਓ ਦੀ ਕੁੜੀ ਨੂੰ ਲੱਭਣੀ ਚਾਹੀਦੀ ਹਰ ਤਰੀਕੇ ਨਾਲ ਪਿਓ ਨੇ ਕੁੜੀ ਤੇ ਲੱਭੀ ਨਹੀਂ ਮੇਰੀ ਜਿੱਥੋਂ ਪਿਓ ਨੇ ਤੇ ਉਹਦਾ ਭਨਵਈਆ ਮਾਰਤਾ ਮੇਰੀ ਫਿਰ ਜਿੱਥੋਂ ਤੱਕ ਨਾ ਸਮਝ ਆਈ ਫਿਰ ਮੈਂ ਉੱਥੇ ਤੱਕ ਘਰ ਚੱਲੀ ਨਹੀਂ ਚਾਹੀਦੀ ਕਿ ਨਹੀਂ ਮੁਤਮੈਨ ਕੀ ਹੁੰਦਾ ਹੁੰਦਾ ਨਹੀਂ ਹੋਣੀ ਚਾਹੀਦੀ ਮਾਫੀ ਮਿਲਣੀ ਚਾਹੀਦੀ ਫੌਰੀ ਤੌਰ ਤੇ ਕਿਉਂਕਿ ਇਹਨਾਂ ਨੇ ਅਗਾਂ ਕਿਸੇ ਦੀ ਧੀ ਭੈਣ ਨੂੰ ਇਸ ਤਰ੍ਹਾਂ ਨਾ ਦਾਗ ਲਾਉਣ ਅੱਛਾ ਮਾਫੀ ਮਿਲਣੀ ਚਾਹੀਦੀ ਮਾਫੀ ਮਿਲਣੀ ਚਾਹੀਦੀ ਕਿ ਕਿਸੇ ਦੀ ਧੀ ਭੈਣ ਨੂੰ ਇਸ ਤਰ੍ਹਾਂ ਨਾ ਦਾਗ ਲਾਉਣ ਗਰੀਬ ਦੀ ਕੋਈ ਨਹੀਂ ਸੁਣਦਾ ਮੈਂ ਖੁਦ ਇਸ ਚੀਜ਼ ਤੇ ਚੱਲ ਕੇ ਵੇਖ ਲਿਆ ਮਤਲਬ ਆਪਣੀ ਬੇਟੀ ਤੇ ਵੀ ਸ਼ੁਭਾ ਸੀ ਜ਼ਿਆਦਾ ਕਿ ਉਹ ਆਪਣੀ ਮਰਜ਼ੀ ਨਾਲ ਗਈ ਹਾਂ ਨਹੀਂ ਉਹ ਮਰਜ਼ੀ ਨਾਲ ਨਹੀਂ ਗਈ ਮੈਂ ਇਸ ਚੀਜ਼ ਨੂੰ ਤੇ ਹੁਣ ਬਾਜ਼ੇ ਆਪ ਕਰਾਉਣ ਲਈ ਕੁਝ ਵੀ ਨਹੀਂ ਕੀਤਾ ਨਹੀਂ ਫਿਰ ਮੈਂ ਕਿਹਾ ਵੀ ਇਹਨੂੰ ਹੁਣ ਜਿਹੜੀ ਚਲੀ ਗਈ ਇਹਨੂੰ ਫਿਰ ਹੁਣ ਫਾਰਗ ਕਰਾ ਦਿਓ ਹੁਣ ਮਾਫੀ ਮਿਲਣੀ ਚਾਹੀਦੀ ਨਹੀਂ ਇਹ ਜਿੱਧਰ ਨੂੰ ਗਈ ਜਨਮ ਨੂੰ ਗਈ ਪਿਓ ਉਹਦਾ ਕੀ ਬਣੇਗਾ ਬੀਵੀ ਦਾ ਕੀ ਬਣੇਗਾ ਤੇਰੀ ਤੇ ਬੇਟੇ ਦਾ ਕੀ ਬਣੇਗਾ ਤੂੰ ਤੇ ਕਤਲ ਕਰਤਾ ਤੇ ਕਾਤਲ ਨੂੰ ਪਤਾ ਕੀ ਸਜ਼ਾ ਹੁੰਦੀ ਚਲੋ ਉਹ ਤਾਂ ਮੇਰੇ ਮਾਲਕ ਨੂੰ ਪਤਾ ਉਹ ਤੇ ਪਤਾ ਹੀ ਹੈ ਸਜ਼ਾਏ ਮੌਤ ਹੁੰਦੀ ਹੈ ਦੱਸ ਉਹਨਾਂ ਦਾ ਕੀ ਬਣੇਗਾ ਜੋ ਅੱਲਾ ਨੂੰ ਮਨਜ਼ੂਰ ਹੈ ਫਿਰ ਲੋਕਾਂ ਨੂੰ ਮੈਸੇਜ ਕੀ ਦੇਣਾ ਕਿ ਗੈਰਤ ਦੇ ਉੱਤੇ ਕਤਲ ਕਰਨਾ ਹੈ ਜ਼ਰਾ ਰਿਕਾਰਡ ਕਰਵਾ ਇਸ ਤਰ੍ਹਾਂ ਕਿਸੇ ਦੀ ਨਾ ਲਿਜਾਏ ਕੋਈ ਨਾ ਲਿਜਾਏ ਕਿਸੇ ਦੀ ਗੈਰਤ ਨੂੰ ਮਤ ਛ
ਪਸੰਦ ਚੱਕਰ ਚ ਮੈਂ ਉਸੇ ਦਿਨ ਹੀ ਦੁਕਾਨ ਚ ਬੈਠਾ ਮੈਂ ਦੇਖ ਕੇ ਜਾ ਕੇ ਸਖਤੀ ਨਾਲ ਮਨਾ ਕੀਤਾ ਵੇ ਘਰਦਿਆਂ ਨੂੰ ਵੀ ਕੀਤਾ ਵੇ ਕਿ ਅੱਜ ਦਾ ਮੁੰਡਾ ਇੱਧਰ ਆਪਣੇ ਬੂਹੇ ਅੱਗੇ ਨਾ ਆਵੇ ਨਾ ਸਾਡੇ ਘਰ ਆਵੇ ਧੀ ਦੀ ਕੋਈ ਗਲਤੀ ਨਹੀਂ ਹੈ ਸਾਰੀ ਗਲਤੀ ਉਹਨਾਂ ਦੀ ਸੀ ਬੇਟੀ ਦੀ ਕੋਈ ਗਲਤੀ ਕੋਈ ਗਲਤੀ ਨਹੀਂ ਕਿਉਂਕਿ ਮੈਂ ਉਸ ਟਾਈਮ ਹੀ ਕੁੜੀ ਦਾ ਜ਼ਿਹਨ ਵੇਖਿਆ ਕਿ ਨਹੀਂ ਇਸ ਪਾਸੇ ਸੀ ਅਗਰ ਹੁੰਦਾ ਨਾ ਤੇ ਮੈਂ ਫਿਰ ਇੱਕ ਦਿਨ ਬਹਿ ਕੇ ਸਾਈਡ ਤੇ ਵੇਖਿਆ ਵੇ ਕਿ ਮੇਰੀ ਬੇਟੀ ਉਹਨੂੰ ਕੁਛ ਨਾ ਕੁਛ ਜਿਹੜਾ ਨਾ ਪ੍ਰਪੋਜ਼ ਕਰਦੀ ਲੇਕਿਨ ਨਹੀਂ 2 ਮਹੀਨੇ ਉੱਧਰ ਰਹੀ ਹੈ ਕੁੜੀ ਉਹਨੂੰ ਕੱਪੜੇ ਲੈ ਕੇ ਉਹਨੇ ਕਿਹਾ ਰਿਹਾਨਾ ਨੇ ਕਿ ਦਵੋ ਇਹਦੀ ਦੇਖਭਾਲ ਕਰੋ ਉਹਨੇ ਤੈਨੂੰ ਫੋਨ ਹੀ ਨਹੀਂ ਕੀਤਾ 2 ਮਹੀਨੇ ਤੇ ਕਰ ਪਿਓ ਨੂੰ ਇਹ ਕੀ ਚੱਕਰ ਹੈ ਨਾ ਦਿੱਤਾ ਹੋਵੇ ਉਹਨੂੰ ਅੱਛਾ ਇਹ ਮਤਲਬ ਇਹ ਵਾਲੇ ਐਂਗਲ ਤੂੰ ਸਾਰੇ ਸੋਚ ਲੈਣਾ ਹੈ ਇਹ ਨਹੀਂ ਸੋਚ ਰਿਹਾ ਕਿ ਉਹਦਾ ਤੇ ਕਸੂਰ ਹੀ ਨਹੀਂ ਜਨ ਮੈਂ ਤੂੰ ਕਤਲ ਕਰਤਾ ਬਹਰਾਲ ਜੀ ਉਹ ਫਿਰ ਹੁਣ ਜਿਵੇਂ ਵੀ ਚਲੀ ਗਈ ਫਿਰ ਮੈਂ ਤੇ ਫਿਰ ਅੱਗੋਂ ਜਿਹੜੇ ਮੇਰੇ ਘਰ ਦੇ ਵਿੱਚੋਂ ਮੇਰੀ ਕਾਲਕ ਮੂੰਹ ਦਾ ਮਲਣ ਡੈਣੇ ਮੈਂ ਤੇ ਫਿਰ ਕਸੂਰਵਾਰ ਉਹਨਾਂ ਨੂੰ ਠਰਾਵਾਂਗਾ ਮੈਂ ਤੇ ਹੋਰ ਕਿਸੇ ਨੂੰ ਕੀ ਕੀ ਕਹਿੰਦੇ ਸੀ ਲੋਕੀ ਤੈਨੂੰ ਤੇਰੀ ਬੇਟੀ ਕਿੱਥੇ ਚਲੀ ਗਈ ਹੈ ਤਾਨੇ ਦਿੰਦੇ ਸੀ ਲੋਕ ਇਹ ਗੱਲ ਦੱਸਣੀ ਹੈ ਇੱਧਰ ਵੇਖ ਕੇ ਮੇਰੇ ਨਹੀਂ ਸਰ ਹੁਣ ਮੈਂ ਕੀ 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 ਕਹਿੰਦੇ ਸੀ ਸ਼ਰੀਕ ਨਹੀਂ ਖਲਾਉਂਦਾ ਸ਼ਰੀਕ ਸਿਗਰ ਚੜ੍ਹਾਈ ਕਰਦਾ ਉੱਤੇ ਸ਼ਰੀਕ ਸਿਗਰ ਉੱਤੇ ਚੜ੍ਹਾਈ ਕਰਦਾ ਕਿਤੇ ਗੈਰਤ ਪਿੱਛੇ ਮੇਰੀ ਨਾ ਕੋਈ ਜ਼ਾਤੀ ਦੁਸ਼ਮਣੀ ਨਾ ਮੇਰਾ ਉਹਨਾਂ ਨਾਲ ਕੋਈ ਲੈਣ ਨਾ ਕੋਈ ਦੇਣ ਨਾ ਮੈਂ ਜਾਣਾ ਉਹਨਾਂ ਨੂੰ ਕਿ ਕੌਣ ਨੇ ਕੀ ਹੈ ਕਿਸ ਤਰ੍ਹਾਂ ਲੇਕਿਨ ਮੇਰੀ ਜਦੋਂ ਗੈਰਤ ਘਰੋਂ ਕੱਢ ਕੇ ਆਪਣੇ ਆਕੜ ਦੇ ਨਾਲ ਲਗਾਇਆ ਨੇ ਫਿਰ ਮੈਂ ਤੇ ਉਹਨਾਂ ਨੂੰ ਸਜ਼ਾ ਦੇਣੀ ਸੀ ਫਿਰ ਸਜ਼ਾ ਦੇਣੀ ਸੀ ਔਰ ਨਾਜ਼ਰੀਨ ਇਸਨੇ ਉਨ ਲੋਕੋਂ ਕੋ ਸਜ਼ਾ ਦੇ ਦੀ